तेरी लख लाग डट साड़ी नाल तेरी की बंदूक चली है। बंबीहा बोले हाय बिशनी आने वाली कैसेट पेश करूंगी नैना दी गोली बचीवी बचीवे ठाणेदारा नैना दी गोली चली के चली वे हुंदा प्यार दा मुकदमा भारा नैना दी गोली चली के चली। कई बंदे अमेरिका तो आंदे हैं कनेडा तो आंदे हैं डालरां नी तो सखा के सोचणगे सब तो थोड़ी कुड़ी व्याह के लै जांगे पंजाब च। राइटर दे कलम ने बहुत खूबसूरत लाइना लिखिया ने आज दे रूबरू करांगे तो फिर डालर वखा के लभदा वे इन्ना सस्ता नहीं हुसन पंजाब दा भावे वार दे कनेडा सोनिया वे मुल उतरे ना जट्टी दे शबाब दा। पेश करूंगी आज दे खिदमत विच पहला कुछ चर्चित गीत मुंडा नाची दी परिवार गया दिल कुड़ियो आज दे खिदमत विच पेश करूंगी ਕਿਤੇ ਵਿੱਚ ਸੱਪ ਵਾਂਗੂ ਆਹ
खुश
ਦਾ ਖੁਸ਼ ਤਵੀਤਾ ਮੈਂ ਤੇਰੀ ਖਤਮ ਕਰਦੀ ਤਾਰੀ ਓਏ ਤਾਰੀ पट्टा लखा ला संदवा तू पावे पट्टा लखा ला संदवा वे मेना डटू सकदे मारी तारी ਤਾੜੀ ਦੋ ਹੱਥਾਂ ਨਾਲ ਵੱਜਦੀ तमाशा देख दिया बंदर बंदरी का और तुम सारे के रिछ का तमाशा देखे होना रिछ जब रुस के सौ मदारी कंच एक कोई गल कहता पता की कहता है अरे भाई साहब क्यों नाराज हो रहे हो तो सुराल सर जाना सारी इंतजार कर रही है तुम वेख्या होना सारी के नशे से एक लोट ए नचन लग जाता एक लत हो गए आप बंद का की हाल होता होगा ਆ
ਰਾਜ ਫਕਰ ਨੂੰ ਤਾਨੇ ਧੀ ਤੋਂ ਪੁੱਤ ਚੌਧਰੀ ਦਾ ਕਮਲੀਏ ਪੈ ਗਿਆ ਵਸ ਦੇ ਗਾਨੇ ਮਾਪੇ ਮਰੇ ਨਿਆਣੇ ਦੇ ਮਾਪੇ ਮਰੇ ਨਿਆਣੇ ਦੇ ਰੱਬ ਨੇ ਉਸ ਭਾਈਆਂ ਦੇ रुखा दुख पवा के मेरे मारे पापिया ने जा लाया जादो हीर में आके मेरा पापी जे रांझे नू मारदी ना लोगो तख्त हजारे नू छड्डदा क्यों मेरा श्री फरहाद नू मारदी ना पहाड़ नू कटदा क्यों मेरा साहबा दे मिर्जे नू मार दी ना अंबी तोते दे मुंह विचों कटदा क्यों ए मेरा जे आम जही गल हुंदी गोली वांग सीने विच बजदा क्यों रुखा दुख सवा के मेरे माए पापिया ने जा लाया जादो हीर में आके कीता बुरा खुदा दा नां क्यों सानू दिलो पुराना मैं पुत्त प्रगट दासी कमरिए रन ने साध बना दा उम्र का मैं पकड़े हीरे हाथी सारी जवानी ही गिरी मेरी भन दिया मैं वांग अखरोट हीरे पैसे नाल मैं सौ बारी सिख लेंदा तेरे बिच ना हुंदा जे खोट गिए ਤੈਨੂੰ ਮੇਰੇ ਕੰਨ ਪਰ ਬੋਲੇ ਤਿੰਨੋਂ ਭੰਗੂ ਵਰਗਿਆ ਤੋਂ ਮੰਦੇ ਚੰਗੇ ਬੋਲ ਕਹੋਣੇ ਏ ਚੰਦਰ ਵਰਗੀ ਨੂੰ ਜੱਟ ਨੇ ਸਾਰੇ ਵਿੱਚ ਮਨਾਤਾ ਨੀਲੇ ਪੁੱਤ ਭਗਤ ਦਾਸੀ ਕਮਰੀਏ ਨੀਲੇ ਸਾਧ ਬਣਾਤਾ ਨੀਲੇ ਪੁੱਤ ਭਗਤ ਦਾਸੀ ਕਮਰੀਏ ਰੰਨ ਨੇ ਸਾਧ ਬਣਾ ਸਹੀਰ ਦੀ ਕਲੀ ਅੰਗਰੇਜ਼ਾਂ ਚ ਨੀਗਰੋ ਚ ਵੈਸਟਰਨ ਚ ਨੇਪਾਲੀਆਂ ਚ ਬਗਾਈ ਜਿੱਥੇ ਮਰਜ਼ੀ ਖੜਾ ਲਓ ਪੰਜਾਬੀ ਵਿੱਚ ਰਲੀ ਜਾਂਦਾ ਹੈ ਭਾਵੇਂ ਨਕਲ ਕਰ ਲਏ ਭਾਵੇਂ ਉਹ ਜਿਹਾ ਹੋ ਜੇ ਭਾਵੇਂ ਕੁਛ ਆਪਣੀ ਪੰਜਾਬੀ ਨਾਲ ਪ੍ਰਭਾਵਿਤ ਕਰੇ ਕੈਨੇਡਾ ਪਹੁੰਚ ਗਏ ਸੰਡੇ ਦਾ ਪ੍ਰੋਗਰਾਮ ਹੁੰਦਾ ਯਾਨੀ ਕਿ ਐਤਵਾਰ ਦਾ ਛੇ ਦਿਨ ਵਿਹਲੇ ਸਾਡੀ ਸਜਿੰਦਾ ਟੀਮ ਕੋਈ ਕਿੱਧਰ ਖਿੰਡ ਜਾ ਕਰੇ ਬਾਕੀ ਦਾ ਪਏ ਰਹਿੰਦੇ ਪੀ ਪੂ ਕੇ ਆਪਾਂ ਪੈਣ ਵਾਲੇ ਕਿੱਥੇ ਆ ਇੱਕ ਅੰਗਰੇਜ਼ ਨਾਲ ਯਾਰੀ ਪਾ ਲਈ ਥੋੜ੍ਹੀ ਮੋਟੀ ਅੰਗਰੇਜ਼ੀ ਨੂੰ ਮੂੰਹ ਮਾਰ ਕੇ ਮਹਿਰਕਮ ਨਾ ਦੇਣਾ ਛੇ ਦਿਨ ਦੇ ਕਰੇ ਬੇਰੀਆਂ ਨੇ ਬਾਗ ਕਰੇ ਸੇਬਾਂ ਨੇ ਬਾਗ ਕਰੇ ਨੇ ਫਾਰਮ ਦੇ ਕਰੇ ਕਿਤੇ ਉਹਦੇ ਨਾਲ ਘੁੰਮਦੇ ਜਾ ਕਰੀਏ 7 ਮਹੀਨੇ ਉਹਨੂੰ ਫਰੀ ਟਿਕਟ ਲੰਘਾ ਕੇ ਪ੍ਰੋਗਰਾਮ ਲਿਖਾ ਦਿਆ ਕਰੀਏ ਪੂਰੀ ਡੇਢ ਮਹੀਨਾ ਪੂਰੀ ਆਸ਼ ਲੈਤੀ ਤਿਆਰੀਆਂ ਪੰਜਾਬ ਦੀਆਂ ਹੋ ਗਈਆਂ ਮੈਲਕਮ ਕਹਿੰਦਾ ਮਿਸਟਰ ਸੁਖਚੈਨ ਮੈਂ ਕਿਹਾ ਹਾਂਜੀ
ਕਹਿੰਦਾ ਤੇਰਾ ਸੁਭਾਅ ਬੜਾ ਪਿਆਰਾ ਹੈ। ਮੈਂ ਕਿਹਾ ਹਲਤਾ ਸੀ ਗੈਰ ਇਲਾਕੇ ਚ ਫਿਰਦੇ ਹਾਂ, ਸਾਡੇ ਇਲਾਕੇ ਚ ਤੂੰ ਵੀ ਮਿੱਠਾ ਹੋ ਜਾਣਾ ਸੀ ਸੁਭਾਅ। ਕਹਿੰਦਾ ਬਾਈ ਜੀ ਮੈਂ ਪੰਜਾਬ ਆਵਾਂ ਤੁਹਾਡੇ ਇੰਡੀਆ ਦੇ ਵਿੱਚ ਆਵਾਂ, ਤੂੰ ਕੀ ਮੈਨੂੰ ਇੰਨੀ ਸ਼ੈਰ ਕਰਾਏਗਾ, ਮੈਂ ਤੈਨੂੰ ਜਿੰਨਾ ਕਨੇਡਾ ਘਵਾਤਾ। ਮੈਂ ਕਿਹੜੀ ਖਾਸ ਗੱਲ ਹੈ, ਕਨੇਡਾ ਦੇ ਪੰਜ ਸੱਤ ਸ਼ਹਿਰ ਘੁਮਾਏ ਨੇ ਸਾਨੂੰ, ਤੁਸੀਂ ਆਏ ਹੋ ਸਹੀ, ਤੁਹਾਨੂੰ ਪਾਕਿਸਤਾਨ ਦਾ ਬਾਰਡਰ ਬੇਟ ਪਾ ਦੂੰਗਾ ਜੀ, ਕਿਹੜੀ ਗੱਲ ਹੈ ਜੀ, ਆਏ ਹੋ ਸਹੀ। ਮੈਂ ਸੋਚਿਆ ਵੀ ਕਿਹੜਾ ਅੰਗਰੇਜ਼ ਨੇ ਕਨੇਡਾ ਛੱਡ ਕੇ ਆਉਣਾ, ਕਿਹੜਾ ਆਪਣੀ ਸਿਰਦਰਦੀ ਬਣਨੀ ਹੈ, ਮਹਾ ਮਾਰੀ ਜਾਂਦਾ ਗੱਲਾਂ ਪਾਗਲਾਂ ਨਾਲ ਟਾਈਮ ਪਾਸ ਕਰ ਚ। ਉਹੀ ਗੱਲ, ਪੱਚੀਵੇਂ ਦਿਨ ਆ ਗਿਆ ਫੋਨ, ਹੈਲੋ ਕੌਣ, ਮਿਸਟਰ ਸੁਖਚੈਨ, ਸੁਖਚੈਨ ਮੈਂ ਵੈਲਕਮ ਬੋਲਦਾ, ਮੈਂ ਹਾਂ ਦੱਸੋ, ਕਹਿੰਦਾ ਮੈਂ ਤੁਹਾਡੇ ਇੰਡੀਆ ਆ ਰਿਹਾ, ਮੈਨੂੰ ਸਕਾਊਟ ਕਰਕੇ ਲੈ ਜੀ, ਕਹਿੰਦਾ ਦਿੱਲੀ ਦੇ ਏਅਰਪੋਰਟ ਤੋਂ ਮਹਾ ਹੀ ਮਾਰੇ ਗਏ ਕਿੰਨੇ ਸੱਚੀਆਂ ਬੜਿਆ। ਇਹ ਤਾਂ ਪੂਰਾ 10,000 ਨੂੰ ਧੁੱਪ ਦੇ ਕੇ ਮੁੜੂਗਾ ਜਿੱਥੇ ਮੁੜਿਆ, ਹੁਣ ਆਪਣੇ ਕੋਲ ਇੰਨੇ ਪੈਸੇ ਕਿਤੇ ਦੂਜਾ ਘਰੋਂ ਡਰ ਲੱਗੇ ਵੀ ਕਿਤੇ ਪੰਗਾ ਬੀਜ ਲਿਆ। ਬਸ ਚਲੋ 2,000 ਸਪੈਸ਼ਲ ਗੱਡੀ ਨੂੰ ਦੇ ਕੇ ਦਿੱਲੀ ਨੂੰ ਲੈ ਕੇ ਆਇਆ, ਚਾਂਦਨੀ ਚੌਕ ਉੱਥੇ ਦਿਖਾ ਲਿਆ ਦਿੱਲੀ ਦਾ, ਆਪਣੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸਾਹਿਬ ਦਿਖਾਏ, ਪਟਿਆਲੇ ਦੁਖਨਾਰ ਨਿਵਾਰਨ ਸਾਹਿਬ ਦਿਖਾਇਆ, ਸਰਹੰਦ ਸਾਹਿਬ ਸਾਰੇ ਗੁਰਦੁਆਰੇ ਦਿਖਾਏ, ਉਹਦੇ ਬਾਅਦ ਸਾਰਾ ਕੁਝ ਦਿਖਾ ਕੇ ਆਪਣੀ ਹਿਸਟੋਰੀਕਲ ਪਲੇਸ ਜਾਣੀ ਕਿ ਇਤਿਹਾਸਕ ਥਾਵਾਂ ਸਾਰੀਆਂ ਦਿਖਾ ਕੇ ਆਪਣੀ ਸਰੋਂ ਚ ਲੈ ਬੜਾ ਜੀ ਮੈਂ ਅੰਗਰੇਜ਼ ਨੂੰ। ਕਹਿੰਦਾ ਕਿੰਨੇ ਵਧੀਆ ਫਲਾਵਰ ਜਿਹਨੇ ਫੁੱਲ ਨੇ ਮੰਗਿਆ, ਕੀ ਗੱਲ ਹੈ ਜੀ, ਇੱਧਰ ਕਣਕਾਂ ਵੀ ਨਹੀਂ ਝਾਕੋ ਸਾਡੀਆਂ ਨਹੀਂ, ਮੈਂ ਦੇਖੋ ਕਹਿੰਦਾ ਕੈਸਾ ਵਧੀਆ ਮੌਸਮ ਹੈ ਯਾਰ, ਮੈਂ ਤਾਂ ਨਹੀਂ ਜਾਂਦਾ ਮਹਾਂ ਲੱਗ ਗਿਆ ਰੋਡਾ ਤਾਂ, ਕਿੱਥੇ ਪੰਗਾ ਲੜਿਆ ਸੀ, ਕਹਿੰਦਾ ਹੁਣ ਨਹੀਂ ਜਾਂਦਾ ਇਹ, ਕਿਹੜੀ ਸਰੋਂ ਦਿਖਾਤੀ ਇਹਨੂੰ, ਟੁੱਟੇ ਜੇ ਹੋਰ ਪਾਸੇ ਸਰਕੜੇ ਜੀ ਤੋਰਨਾ ਸੀ ਮਿੰਦਰ ਨੂੰ, ਪਛਤਾਵਾ ਲੱਗ ਗਿਆ ਮਨ ਨੂੰ। ਮਤਲਬ ਉਹ ਕਰੂੰ ਜੰਮੂ ਕੀਤਾ, ਕਹਿੰਦਾ ਘਬਰਾ ਨਾ, ਪੈਸਾ ਮੇਰੇ ਕੋਲ ਬਹੁਤ ਹੈ, ਤੈਂ ਮੇਰਾ ਬਿਜ਼ਨਸ ਤਿਆਰ ਕਰਨਾ, ਕੋਈ ਮੇਰਾ ਬਿਜ਼ਨਸ ਬਿਲਡ ਦੇ ਜਿਹਦੇ ਵਿੱਚ ਮੈਨੂੰ ਪੂਰਾ ਪੂਰੇ ਮੁਨਾਫਾ ਹੋਵੇ। ਮੈਂ ਜੀ ਪੈਸਾ ਬਿਜਲੀ ਦਾ ਤੁਹਾਨੂੰ ਪਤਾ, ਆਪਣਾ ਬਿਜਲੀ ਮਹਿਕਮਾ ਬਹੁਤ ਭਲਾ ਮਾਣਸ ਹੈਗਾ, ਤੁਰੰਤ ਕੰਮ ਕਰਨ ਵਾਲੇ ਵਿੱਚ ਹੁਦਰ ਮੁਲਾਜ਼ਮ ਬੈਠੇ ਹੋਣ ਗੁੱਸਾ ਨਾ ਉਹਨਾਂ ਨੂੰ। ਟਰਾਂਸਫਾਰਮਰ ਸੜ ਗਿਆ, ਮੱਝਾਂ ਨੂੰ ਲੱਗਿਆ ਅੱਖਰ, ਮੱਝਾਂ ਧਾਹਾਂ ਮਾਰ ਰਿੰਗਣ, ਮੱਝਾਂ ਪੂਰੀਆਂ ਰਿੰਗੀ ਜਾਣ, ਉਹਦੇ ਅੰਗਰੇਜ਼ ਆ ਕੇ ਮੇਰੇ ਕੋਲ ਰਿੰਗਣ ਲੱਗ ਗਿਆ। ਮੈਂ ਹਾਂ ਕੀ ਹੋ ਗਿਆ, ਕਹਿੰਦਾ ਮਾਝਾ ਰਿੰਗਿੰਗ, ਮੈਂ ਹੋਰ ਮਾਝਾ ਡਾਂਸ ਕਰਿੰਗ, ਸਾਡੇ ਵਿੱਚ ਬਾਲਾ ਜੀ ਬਚਾਉਣੀਆਂ ਨਹੀਂ ਮਰ ਜਾਣੀਆਂ ਅੱਖਰ ਲੱਗ ਕੇ। ਕਹਿੰਦਾ ਮੈਂ ਕਿਆ ਕਰੂੰ, ਆਪ ਹੀ ਕਰੋ ਜੋ ਕੁਛ ਕਰਨਾ ਹੈ। ਮੈਂ ਸਪੀਕਰ 'ਚ ਬੋਲਿਆ ਸਰਦਾਰ ਜੀ ਵੀ ਆਪਣੇ ਅੰਗਰੇਜ਼ ਦੇ ਮੱਝ ਫਾਰਮ ਦੇ ਵਿੱਚ ਬੰਦਿਆਂ ਦੀ ਲੋੜ ਹੈ, ਜਿਹੜਾ ਇੱਕ ਮੱਝ ਜਾਊਗਾ 5 ਰੁਪਈਏ, 2 ਜਾਊਗਾ 10 ਰੁਪਈਏ, 3 ਜਾਊਗਾ 15 ਰੁਪਈਏ ਕਿਲੋ, ਦੁੱਧ ਫਿਰੀ ਪਿਆ ਕੇ ਤੋੜਾਂਗੇ, ਆ ਜਾਓ ਵੀ ਜਿੰਨੇ ਵਿਹਲੇ ਬੰਦੇ ਹੋ, ਲਾਗੀ ਲੈਣ, ਬਾਲਟੀ ਫੜਾਇਆ ਕਰੀਏ ਅੰਦਰ ਵਾਰ ਦਿਆ ਕਰੀਏ, ਬਾਲਟੀ ਫੜਾਇਆ ਕਰੀਏ ਅੰਦਰ ਵਾਰ ਦਿਆ ਕਰੀਏ। ਮੈਂ ਤੇ ਅੰਗਰੇਜ਼ ਬੈਠੇ ਬਾਲਟੀਆਂ ਮੰਨਣ 'ਤੇ, ਇੱਕ ਮੇਰਾ ਤਾਇਆ ਰਾਤ ਦਾ ਸ਼ਰਾਬੀ ਤੜਕੇ ਉੱਠ ਕੇ ਭੁੱਕੜ ਜਾਂਦੇ ਖਾਲੇ ਆ ਲੱਗਿਆ ਲੈਰ ਚੱਖਾ ਜਿਹਾ ਮਰਦਾ, ਕਹਿੰਦਾ ਭਰੀ ਇੱਕ ਬਾਲਟੀ ਮੈਨੂੰ ਵੀ ਦੇਈ। ਮੈਂ ਤੂੰ ਜਾ ਤਾਇਆ ਮੂੰਹ ਧੋਤਾ ਨਹੀਂ, ਦੱਸ ਮਾਰ ਕੇ ਕਿਹੜੀ ਧਾਰ ਕੱਢੇਗਾ ਤੂੰ, ਮੁੜ ਜਾ ਤੂੰ ਆਪਦੇ ਘਰੇ ਆਰਾਮ ਨਾਲ ਰੈਸਟ ਕਰ, ਹੋਰ ਖਾਲਾ 4 ਗੋਲੀਆਂ ਜਿਹੜੀਆਂ ਖਾਣੀਆਂ ਭੁੱਕੜ ਦਾ ਚਮਚਾ। ਮੈਂ ਆਹੋ ਜਿਹੜੇ ਬਣਿਆ ਮਾਰ ਸ਼ਮਾ ਕਿਉਂ, ਮੈਂ ਤੇ ਸ਼ਨੀਲ ਬਣਾ ਕੇ ਆਇਆ ਕੁਆਂਟਲ ਚ ਪੂਰਾ, ਮੈਨੂੰ ਕਹਿੰਦਾ ਅੱਛਾ ਚੰਗਾ ਜਿਹਾ ਚੱਕ ਬਾਲਟੀ। ਮੈਂ ਧੱਕੇ ਜਿਹਾ ਬਾਲਟੀ ਫੜਾਤੀ, 8:30 ਵਜੇ ਤਾਂ ਵਾਰਤਾ ਜੀ ਅੰਦਰ, ਉਦੋਂ ਬਾਅਦ ਲੋਕ ਆਈ ਜਾਣ ਤਾਇਆ ਆਵੇ ਨਾ, ਲੋਕ ਆਈ ਜਾਣ ਤਾਇਆ ਆਵੇ ਨਾ, ਅਸੀਂ ਸਾਰਾ ਹਿਸਾਬ ਕਿਤਾਬ ਕਰੀਏ ਜੀ, ਪੂਰੇ 11:30 ਵੱਜ ਗਏ। ਅੰਗਰੇਜ਼ ਕਹਿੰਦਾ ਤਾਇਆ, ਮੈਂ ਤਾਇਆ ਅੰਦਰ ਹੀ ਹੈ, ਕਹਿੰਦਾ ਤੁਹਾਨੂੰ ਪਤਾ ਕਰ, ਮੈਂ ਕੋਈ ਪਤਾ ਕਰਨ ਦੀ ਲੋੜ ਨਹੀਂ, ਕਿਤੇ ਪੀਣਕ ਲੱਗੀ ਹੋਊ ਬੈਠੇ ਦੀ, ਮੈਂ ਆ ਜਾਂਦਾ ਹੈ ਪੂਰੇ 12:30 ਵਜੇ ਤਾਇਆ ਆਉਂਦਾ ਜੀ, ਟੁੱਟੀ ਬਾਲਟੀ 150 ਚਿੱਪ ਬਾਲਟੀ 'ਚ ਤਾਏ ਦੇ ਮੱਥੇ 'ਚ ਖੂਨ ਵਗੇ, ਤਾਇਆ ਡੁੱਡ ਮਾਰਦਾ ਆਉਂਦਾ, ਲੰਗ ਮਾਰਦਾ ਆਉਂਦਾ। ਮੈਂ ਤਾਇਆ ਆ ਕੀ ਸਿਆਪਾ ਮਿਲ ਗਿਆ, ਬੜੀ ਮੋਟੀ ਸੰਗ ਮੰਨ, ਧਾਰ ਦਾ ਕੀ ਕੱਢਣੀ, ਵੀ ਤੁਹਾਡੀ ਬਾਲਟੀ ਵੀ ਭੰਨ ਲਿਆ, ਫਿਰ ਤਾਂ ਕੇਸ ਲਾ ਦੇ ਹੋਜੂ। ਕਹਿੰਦਾ ਸਰ ਕੇਸ ਛੋਟੇ ਦੇ ਦਰਜੋ ਬਾ ਕਿਉਂ, ਕਹਿੰਦਾ ਮਾੜੀ ਮੋਟੀ ਸ਼ਰਮ ਮੰਨੇ, ਮੈਂ ਕੀ ਗੱਲ, ਕਹਿੰਦਾ ਮੈਨੂੰ ਦੱਸਤਾ ਦਿੰਦੇ ਵੀ ਮੱਛਾ ਕਿਧਰ ਸਰ, ਮੈਂ ਝੋਟਿਆਂ ਦੇ ਪਾਸੇ ਹੀ ਕਿਹੜੇ ਦਈ ਗਿਆ। ਕਹਿੰਦਾ ਇਹ ਕਈ ਵਾਰੀ ਨਸ਼ੇ ਦੀ ਬਾਹਰ ਘਰ ਚੱਟਾ ਵੀ ਹੋ ਜਾਂਦਾ, ਹੁਣ ਤੁਹਾਡੀ ਸੇਵਾ ਦੇ ਵਿੱਚ ਵੀ ਬਸ ਸੁੱਚੇ ਬੰਦਾ ਜੀ। ਡਾਲਰ ਵਸਣਾ ਕੀ ਲੱਗਦਾ ਵੀ ਇੰਨਾ ਸਸਤਾ ਨੀ ਵਸਣ ਪੰਜਾਬ ਦਾ, ਭਾਵੇਂ ਵਾਅਦੇ ਕਨੇਡਾ ਛੋੜਿਆ ਵੀ ਮੁਲ ਉੱਤਰੀ ਨਾ ਜੱਟੀ ਦੇ ਸ਼ਬਾਬ ਦਾ ਪੇਸ਼ ਕਰੀਆਂ ਅੱਜ ਦੀ ਜਿੱਤ। ਰਾਈਟਰ ਨੇ ਗੱਲ ਲਿਖੀ ਹੈ, ਜੋਗੀਆਂ ਦੇ ਕੰਨਾਂ 'ਚ ਮੁੰਦਰਾਂ ਹੋਣਗੀਆਂ, ਬਹੁਤ ਖੂਬਸੂਰਤ ਲਾਈਨ ਮੈਂ
ਜੀ ਦੇ ਪ੍ਰਭੂ ਕਰਨ ਲੱਗੀਆਂ ਪੇਸ਼ਾਂ ਲਈਆਂ ਯੋਗੀ ਦੀ ਮਹਾਰੀ ਜੀ ਹਵਾਰ ਮਾਰ ਰੱਖਵੇਂ ਲੱਖਾਂ ਦੇ ਦੰਦ ਤਲਵਾਰ ਸਿੱਖਾ ਲੱਖਵੇਂ ਯੋਗੀ ਦੀ ਮਹਾਰੀ ਜੀ ਹਵਾਰ ਮਾਰ ਰੱਖਵੇਂਲੱਖਾਂ ਦੇ ਦੰਦ ਤਲਵਾਰ ਸਿੱਖਾ ਲੱਖਵੇਂ ਲੱਖਾਂ ਦੇ ਦੰਦ ਤਲਵਾਰ ਸਿੱਖਾ ਲੱਖਵੇਂ मेरी डड मड बन के मेरा नशा खड़ा पेश करिया कदी कदी
अपनी वाइफ बारे पता हों किस तरह के सुभाव की हैगी है, झगड़ा तो नहीं करोगे दारू पी के अक्सर घर से दंगा हो जाता, भावे माँ पीती हो भावे बोधी पीती हो, पीती पीती जो सोचा च पिया हों भी किस तरह जाके अपनी घरवाले की तारीफ करा, किस तरह जाके उन्होंने खुश करा, किस तरीके मैं प्रेस करा कि वो मेरे लड़ाई ना करे, पता की कहता जाके अज तक कहना जमा ही श्री देवी वर्गी लगती हैगी है, शराबी पी के कह दिया गल्ला करता है, और जब दूसरा पैग पी लूगा उन्होंने पता लग जाए भी हूं नहीं लड़ती हैगी है, नाले कोल बिठा लूगा, कोल बहा के उन्हें सिर से हाथ फेरूगा, पता की कहूंगा अज बाल देख लै कि सोहने बाए हुए जमी रेखा वर्गा स्टैल करी मिलती है, और जब चौथा पैग पी लूगा फिर पता की कहूंगा अज तो बिल्कुल जूही चावला वर्गी लगती है, धर्म नाल मेरी गल सुन कर I'm gonna make you mine.
सुखी सांदी बापू दे बेबे क्यों पौंदी बैर कुड़े जेठ तुर गया करो जग वांगू डांग वरा दिती नक्शा बदल गया कर हो गया जिसका खंडनी पिछली उम्र बेबे तो बखचा नक्शा बदल गया कर हो गया जिसका खंडनी पिछली उम्र बेबे तो बखचा कंजलनी चुप की क्यों मरीका चुप की क्यों मरीका भर गया सदाम हुसैन मुड़े अज सुखी सांदी बापू दे बेबे क्यों पौंदी बैर कुड़े सुखी सांदी बापू दे बेबे क्यों पौंदी बैर कुड़े जो कुछ मैं देखे मैं गीत राही थानू दसन लगी हां की देखा पेश कर बिगड़ी बहुत बहुत
ਫੇਰ ਕੀ ਹੋਇਆ ਮੇਰੇ ਮਰਦੇ ਬਾਬੇ ਬਾਪੂ ਨੇ ਕਦੇ ਦੀ ਮੂਹ ਦਿਖਾ ਦਿੱਤੀ ਮੇਰੇ ਮਰਦੇ ਬਾਬੂ ਨੇ ਕਦੇ ਦੀ ਮੂਹ ਦਿਖਾ मेरे बापू का किन्ना सी नर्म सुभाए भरी पई नल बैठा थोड़े कैद निकाए करके मेरे बापू का किन्ना सी नर्म सुभाए भरी पई नल बैठा थोड़े कैद निकाए जंग मैदान हुंदा मैं जंग मैदान हुंदा मेरा जिंदा पंगा पैर जुड़े अज सुखी सांदी बापू दे बेबे क्यों पौंदी बैन कुड़े सुखी सांदी बापू दे बेबे क्यों पौंदी बैन कुड़े पता लग माड़ा होगा बापू जी हम की होगी तेरा नी जेठ नमाना करके दा भुखण पाना तेरा नी जेठ नमाना रोटी ता दे औनी सी रोटी जी रहती है तेरे की चूंदिया वर्दे दर्दी जी रहती है तेरे की चूंदिया वर्दे दर्दी जी रहती है तेरे की चूंदिया वर्दे भाई जी गली पक्का जब सब कुछ नहीं कहना सत बंदा बेचारा हाय मेरा का दिल मन करदा जान लो कल्ली दा का तो हाय ऐनी वे कूंज वरगिया मारा नो कल्ली दा ऐनी वे कूंज वरगिया तेरे की बारे लालू मिश्री ना कोई पतासा जेड़ा ओ भूमित पालू मिश्री ना कोई पतासा जेड़ा ओ भूमित पालू चाटो तू नित लगोचा चाटो तू नित लगोचा कभी जी रहती है तेरे की चूंडियां वर गए दर्दी जी रहती है तेरे की चूंडियां वर गए रखी जाए देश बचाए जतिए नी आंदे वांगू रखी जाए देश बचाए झूठे तू दोष दोस्त झूठे तू दोष दोस्त मर्जी जी रखनी है तेरे की चूंदिया वर्त दर्दी जी रखनी तेरे की चूंदिया वर्त अपने भरा की सरबदारी कर रहे हैं भाई है मेरा कहना भाई है तेरा मन तेन दस दें गांह चल अपने भरा की सरबदारी कर रहे हैं कहना मेरे
ਮੇਰੇ ਭਾਈ ਦੀ ਪੱਗ ਨੂੰ ਮਾਵਾ ਮੋਹਾ ਲਾ ਕੇ ਵਧੀਆ ਢੰਗ ਨਾਲ ਜਿਹੜਾ ਪੱਗ ਨੂੰ ਮਾਵਾ ਸ਼ਾਵਾ ਲਾ ਕੇ ਰੱਖਿਆ ਕਰ ਠੀਕ ਹੈ ਫਿਰ ਕੁਰਤਾ ਪਜਾਮਾ ਧੋ ਧੋ ਕੇ ਪਾਇਆ ਕਰ ਪਤਾ ਲੱਗੇ ਸਵਾਣੀ ਦਾ ਜੇਠ ਧੋਂਦਾ ਪਿੰਡ 'ਚ ਇਹ ਕਮਲਾ ਹੈ ਹਲੇ ਇਹਨਾਂ ਦੇ ਕਾਤੀ ਸਮਝਾਈ ਜਾਂਦੀ ਹੈ ਭੈ ਜੀ ਗੱਲਾਂ ਨਾ ਕਰ ਉਹਨੂੰ ਆਏ ਨੂੰ ਪਾਣੀ ਗਾੜੇ ਪੁੱਛਿਆ ਕਰ ਇਹ ਕਰਿਆ ਕਰ ਵੋ ਕਰਿਆ ਕਰ ਜੇ ਗੇਮ ਗਲਤ ਹੋ ਗਈ ਜਾਣੀ ਕਿ ਝਾੜਾ ਮਾਰਾ ਹੋ ਗਿਆ ਫਿਰ ਕਰੇਗਾ ਜਿਹੜੀ ਗੱਲ ਮੈਂ ਕਹਿਣ ਲੱਗੀ ਆ ਕੁੜੀ ਦੱਸ ਕੇ ਤੁਹਾਨੂੰ ਕੀ ਕਹਿਣ ਲੱਗੀ ਆ ਕਿ सारी नींद ला के कई होंगे पीती पलिया होंगे पीती बगानी होंगे खरी घरे कर दिया बगाने तो पीके घरे आके लड़ते हैं कई ऐसा होंगे पीती घट होंगी रौला बद पाते हैं पीण के टीके होंगे जी बंद ने अपने अपने तत् होंगे कई मेरे वर्गे उन्ना चिर पीरों हरते ही नहीं जिन्ना चिर बिच पेशाब ना निकले तो नाली च मूह ना गुड़े चाके तो मैं बदली खुरली च पाने उत्ते चुल करके उठ के राम मेरी टहर ना गया रात पैर पता नहीं लग्या नजारा आ गया पता नहीं कितने पै रहे ये मेरे वर्गे टीके ना तो जितना होने गुबरिया मारे तड़के जोड़ा बंदा दारू बद पीऊगा सारे नुकसान करूंगा भी जित भी उही जी होनी है मेरे हंसराज जी तो मैं प्रोग्रामा के ज्यादा पीण गिज गए ज्यादा पीण गिज गए घरे जहाँ कोई जानवर आ गया जैसे जे असी जाने जैसे जे मुड़े जैसे कोई दागिया मुड़ गया कोई फायदा कोई सोते उसर भी घरों कोई आया कोई ना दारू पीने नहीं साढ़े जे ज्यादा पीने पीने तो वैसे सारी नहीं जो ज्यादा पीने नजायज पीने जो पीनी नहीं आती साड़ी जित इदा की होंगी है असं एक दिन दोनों खड़े प्रोग्राम स्टार्ट होने चाहते टाइम पे सोची जाने मैं हंसराज यार अपनी इज्जत कुछ नहीं करे यार कहना भाई यही हाल हुआ चार सवेरे अपने पल का दारू ही रोगी किमें यार तेनों किमें पता लगे भी की इज्जत नहीं कहना यार पूछना कोई बुला नहीं चला नहीं बहुत मखिया एवं लगता है जो घरे बंदा सामने होंगे उदो घर से भी बड़ा नखरा जहा मार दिया भी उन्होंने की बुला खो सकता सुधर जे तू चार दिन खोले होके देख मैं तेरे पिछले पिछले तो नासी तू आ जाऊगा कहना पक्की गल है मैं पक्की गल है कहना ला भाई मेरा केरला के रिश्तेदारी है मैं जाऊंगा उधर मैं गया कहना मैं भी बच्ची ने इन्नी मुझे देखी फिर मेरी इज्जत किन्नी क है जा ना मैंने सच्ची गल दसी मैं ठीक है केरला हो गया तैयार जी चढ़ गया ट्रेन दो दिन तीन दिन चार दिन किने पुछना सी पांच बजे घर दिमाग चाहिए साजा हंसराज जी तो आते नहीं मैंने कहनी मैं संचार मैं हाँ जी कहीं साजा आए तो आते नहीं कितने तो कोई ना आ जूगा दो चार दिन दो चार दिन होर लंघे कहीं भी उसमें आया ही नहीं की हो गया कितने पता ही नहीं कोई पता करो ना आप रिश्तेदारियों से टैलीफोन किए भूआ को मामे को नानकी साड़ी को आराम कर रिश्तेदारियां सारे मेन जी अभी कितने हंसराज है नहीं गा कहीं हूं हम की करने दारू पीने तुम लड़ते रहे कहीं भी संगता तू मन मैं क्यों कहीं चल गुआचना तो गुआच गए हाँ पुलिस वाले लभ के चज का दे देंगे कहीं अपन अच्छा साड़ी शराबियां नहीं आई जी इज्जत होती है पीने वाले कितने हो रहे हैं रबता लगाने मेरे बस धान वाली चले तो पुरानी सेवा ने फरमैश थी भाई सड़क वाले की मार के भरूआ गेड़ा मैं तेरे हार की नचली मैं कह रही नहीं बस सुचे बोला जी ਜਿਵੇਂ ਜਿਵੇਂ ਆਨੇ ਆਵੇ
Yeah.
निशांत सिंह जी सर पे अमरीक सिंह जी सर पे प्यारा सिंह बहुत चर्चा जी सर पे बलकार सिंह छत्तेयाणा सर पे इंद्रजीत सिंह जी सर पे हरदेव संधु इन्होंने फरमायश का घड़ा चुका के जाई भी चुप रख खड़ी आवाज मारा तो गुरसेव सिंह जी जय रवीर जी अजीत परिवार के हीरो फरमायश की है कहने कोई भी सैड सॉन्ग जरूर सुनावे राज संधु एंड पार्टी लोक मंच सदक वाले फरमायश है चढ़िया चवारे तेन 35 सुखावा एक दूसरी फरमायश है प्यार दुश्मनी रिश्तेदारी निभदी है संग जोड़ा दे प्यार दुश्मनी रिश्तेदारी थोड़ी चला चलाए के आ रहे हैं सतवीर ढिल्लों ने हेलो जी पेश कर रहे हैं रिश्तेदारी प्यार दुश्मनी निधि संघ जोड़ा में उस पहला एक दो शेर मौजूद मुख रखते हुए आज नजर आज हुस्न जी होवे ना जे मुखड़े से लाल रंग के कीती ताकी कीती कली मुंडे ने ब्याह भी खुशी होवे की मुलाकात मशरूक दे नाल पहले ओ भी संग के कीती ताकी कीती अनपढ़ा जे पीर दा शौक होवे दारू मंग के पीती दा की पीती की
ਤੇਰੇ ਛੱਤ ਜਾਵਣ ਕੀ ਕਰਨਾ ਹੈ ਤੇ ਯਾਰਾਂ ਨੂੰ ਮੌਕੇ ਤੋਂ ਪਹਿਲਾਂ ਪੁੱਛ ਲਵੋ ਤੇ ਆਹ ਰਿਸ਼ਤੇਦਾਰਾਂ ਨੂੰ ਮੌਕੇ ਤੋਂ ਪਹਿਲਾਂ ਪੁੱਛ ਲਵੋ ਤੇ ਆਹ ਰਿਸ਼ਤੇਦਾਰਾਂ ਨੂੰ सारे सब पीछे करारा तो पहला तक लो रिश्तेदारा बारे तेन पैंती सखाव चल मेरे नाल तेन कहता मैं पढ़ावा तो बारे तेन पैंती सखाव चल मेरे नाल तेन कहता मैं पढ़ावा पक्की सच्चा सुरत भई
मेरी कहा तेलो की मिल समझावा करिया तुपारे तेन पहन की सखावा
ਕੀਰਾ ਰਾਧਾ ਵਾਲੀ ਉਹ ਕੋਈ ਲੱਲਾ ਲੜ ਪਰ ਮੇਰਾ ਬਾਬਾ ਬਰ ਕਰ ਕੋਈ ਦੀ ਛੱਤਰੀ
ਨੀ ਮੋਜਰ ਜਵਾਨੀ ਜਾਂਦੀ ਨਹੀਂ ਸਵਾਰੀ ਅਕਬਰ ਦੀ ਮੋਜਰ ਜਵਾਨੀ ਜਾਂਦੀ ਨਹੀਂ ਸਵਾਰੀ ਇੱਕ ਤੇ ਨੋਹੀ ਕੋੜ ਦੀ ਖਤਰ ਹੀ ਕੋੜ ਦੀ ਖਤਰ ਰਹੀਆਂ ਬਣ ਖੜ ਕੇ ਮੇਰੇ ਦਿਲ ਦੀ ਛਤਰੀ ਐ ਕਬੂਤਰ ਬਣ ਕੇ ਮੈਂ ਮੇਰੇ ਦਿਲ ਦੀ ਛਤਰੀ Thank you.
धरती हलाती हुए बच गए तुम्हारा थोड़ा अंबरी उदासी मुद्दत बाद जमाने ने मुद्दत बाद जमाने ने समझ आए फुल नू संगीदा फुल नू खाईदा नहीं चन्न दा चन्न शिंगार जहान दा है परते विच शिंगार छुपाई दा नहीं बागा विच सोहंदिया बुलबुलानू मेना विच संगीत फुसाई दा नहीं ओ प्यार जिंदगी बख्श दे जिंदगी नू प्यार जिंदगी बख्श दे जिंदगी नू प्यार पूछी दा प्यार ठुकराई दा नहीं टेलीफोन दस भी फिरे हुंदा चाल भी चीजा नहीं हस भी फिरे आए टेलीफोन दस भी फिरे हुंदा चाल भी चीजा नहीं हस भी फिरे जिन्हां नूं प्यारी लगे जान दो जिन्हां नूं प्यारी लगे जान दो गल ही कमाउणगे मैनूं रात नूं सौण नहीं देणा मुंडिया ने फोन आउणगे ¡Gracias!
ट्री पा के कोई किदां नहीं, कई मेरे वर्गे कर लेंगे जिवें जामन नूं वार कीती हुंदी है इदां ही कर लैंदे, पर इह गल्लां हुंदियां मैं नहीं, मेरी गल है कोई मतलब जे मैं कहां मैं इन्हां गल्लां दा जन्मदाता नहीं, गल्लां तुहाडियां सियाणे नहीं हुंदियां, गल्लां फड़ लैंदे आ उहनां दी लाइनिंग जी कर लैणा तुहानूं सुणा दिंदे आ। जिद्दां सियाणे कह गए ने, मिठत नाल चले दुकानदारी, मिठत नाल चले दुकानदारी, गुस्सा आया तां समझो क्या कमो, कागज भिजिया कदे ना कम आवे, कागज भिजिया कदे ना कम आवे, मेरे वर्गा अमली ना आया तां समझो क्या कमो। हुंदा खुशबू तक मतलब भौरिया नूं, हुंदा खुशबू तक मतलब भौरिया नूं, फुल मुरझाया तां समझो क्या कमो, जेब च पिया करे कलोलां, जेब च पिया करे कलोलां, सौदा नोट तड़ाया तां समझो क्या कमो। जत सत सबर गुण साधुआं दे, जत सत सबर गुण साधुआं दे, भैड़ा मन ललचाया तां समझो क्या कमो। जान सवारियां दे हथ ड्राइवर दे, जान सवारियां दे हथ ड्राइवर दे, उपरला शीशा तकाया तां समझो क्या कमो। जिहड़ा कल तक सी मापिआं दी सेवा करदा, अज मुंडा होया तां समझो क्या कमो। है ना, किन्ने खुश होंदे आ, मामा जी तुसीं तां ना खुश होवो, क्योंकि जिहड़े मेरे अनमैरिड ने खुश हो लैण, भी मुंडा जिहड़े विआह उह आपां कि वसदे आ, क्योंकि विआह मतलब कि बंदा कलीला रह जांदा, बंदे कोल टाइम घट जांदा, ਰਜੀਵੇਂ ਵੱਧ ਜਾਂਦੇ ਆ, ਕਦੇ ਬਾਜ਼ਾਰ ਚੋਂ ਸਾੜੀ ਖਰੀਦ ਲਾ ਜੀ, ਸੂਟ ਖਰੀਦ ਲਾ ਜੀ, ਆ ਰਾਜੀ ਵਗੈਰਾ ਜੀ, ਇੱਧਰ ਆਏ ਹੋਈ ਆ, ਬਾਈ ਜੀ ਮੈਂ ਤੁਹਾਨੂੰ ਡਰਾਉਂਦਾ ਨਹੀਂ, ਬਸ ਮੈਂ ਤਜਰਬਾ ਦੱਸਦਾ, ਵਿਆਹੇ ਹੋਏ ਬੰਦੇ ਨੇ ਮਤਲਬ ਕਿ ਕਿਤੇ ਤਾਂ ਨਹੀਂ ਜਾ ਕੇ ਰਹਿੰਦੀ ਆ, ਆਪਣੇ ਵਰਗੇ ਤਾਂ ਐਵੇਂ ਕਹਿ ਦਿਆ, ਬੰਦੇ ਵੀ ਮੁੰਡੇ ਦੀ ਹਵਾ ਹੀ ਖਰਾਬ ਹੋ ਗਈ, ਹਵਾ ਕਾਹਨੂੰ ਖਰਾਬ ਹੁੰਦੀ ਹੈ, ਬੰਦੇ ਤੇ ਟਾਈਮ ਹੀ ਇੱਦਾਂ ਦਾ ਆ ਜਾਂਦਾ। ਤਾਂ ਫਿਰ ਤੁਹਾਡੀ ਸੇਵਾ ਦੇ ਵਿੱਚ ਮਿਰਜਾ ਬੀਬਾ ਸੁਚੇਤ ਬਾਲਾ ਅਤੇ ਸਤਵੀਰ ਢਿੱਲੋਂ ਜੀ, ਮਿਰਜਾ
ਕੀ ਜਾਂਦੀ ਰਾਤ ਤੇਰੇ ਤੀਰ ਮੁਝਿਆ ਟੁੱਟ ਗਏ ਹਾਰਾ ਟੁੱਟ ਗਏ ਮੈਂ ਮਾਰੀ ਗਈ ਕਮਰੀ ਦੀ मेरे होठों की निशान सोने में चाहे मैंने लगा
दे जुए दे विच पै जांदी है हार तना बाल चोरी दा चंगा दे गज लिखदा करे बाजार तना बाल चोरी दा चंगा दे गज लिखदा करे बाजार तना ओ सच्ची ओ सच्ची कोई नी बुझांदा मारू खड़ा सस्ती रुल गई सोनी नु जना सोनी सस्ती रुल गई सोनी नु जना समीर दिलिया होनी कोई प्यारा नो बुक्कल विच दिल भेज लिया सोनी कोई प्यारा नो बुक्कल विच दिल भेज लिया प्यार विच प्यार विच यार वटवा के सैसा होई कि रे सजर ना बाबा नाम नी करना प्यार ना बाबा नाम नी करना प्यार मैं नी करना प्यार हर मोर नी जब पैया पौधा मोर कोई जुगे हर मोर नी जब पैया पौधा मोर कोई मेरे दिए दो प्यार सुनैना रोगतारदा होर कोई मेरे दिए दो प्यार सुनैना रोगतारदा होर कोई गुटिया कटोले अज चौकीदार साहब का बहुत बहुत धन्यवाद करते हैं। सरदार गुरमेल बाट साहब सौदा भेजते हैं। सुखदेव सिंह सुखविंदर सिंह मामा जी मामा जी नानकिया का गीत जरूर गा के जाऊंगी। सॉरी मैं भूल गई थी उसके बाद बोलियां पाऊंगी। बबीहा बुला लगी हाँ बोले तो बोले सारी रात नहीं बबीहा बोले आज भी कितने आया
ਨਹੀਂ ਬਣਿਆ ਵੀ ਸਹਿਜਾਨੀ ਮਾਮਾ ਮਾਮੀ ਲਿਖਦੇ ਆਉਂਦੇ ਮਾਮਾ ਮਾਮੀ ਲਿਖਦੇ ਆਉਂਦੇ ਬੱਚੋ ਸੁਣਦਾ ਬਹਾਰ ਦੀ ਕਹਾਣੀ ਆਵੇ Thank you.
ये मछली नाच मचाइए
वाहे